ਲਗਾਤਾਰ ਪੈ ਰਹੀ ਭਾਰੀ ਬਰਸਾਤ ਦੇ ਕਾਰਨ ਜਿੱਥੇ ਨਦੀਆਂ ਨਾਲੇ ਉਫਾਨ ਦੇ ਉੱਤੇ ਨੇ ਉੱਥੇ ਹੀ ਹੁਣ ਜੋ ਡੈਮ ਨੇ ਉਹ ਵੀ ਪਾਣੀ ਦੇ ਨਾਲ ਭਰਦੇ ਨਜ਼ਰ ਆ ਰਹੇ ਨੇ, ਜਿਸ ਦੇ ਕਾਰਨ ਹੁਣ ਡੈਮਾਂ ਦੇ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋ ਚੁੱਕਾ ਹੈ। ਤਾਂ ਦੱਸ ਦਈਏ ਕਿ ਡੈਮ ਤੋਂ ਪਾਣੀ ਛੱਡਣ ਦੇ ਨਾਲ ਨਦੀਆਂ ਦੇ ਵਿੱਚ ਜੋ ਹੈ ਹੜ੍ਹ ਆ ਗਿਆ, ਕਈ ਇਲਾਕੇ ਜੋ ਨੇ ਪਾਣੀ ਦੀ ਮਾਰ ਹੇਠ ਨੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਿਹਾ, ਲਗਾਤਾਰ ਪਹਾੜਾਂ ਦੇ ਵਿੱਚ ਪੈ ਰਹੀ ਬਰਸਾਤ ਦੇ ਕਾਰਨ ਨਦੀਆਂ ਨਾਲੇ ਜਿੱਥੇ ਉਫਾਨ ਦੇ ਉੱਤੇ ਨੇ ਉੱਥੇ ਹੀ ਹੁਣ ਡੈਮਾਂ ਦਾ ਵੀ ਭਰਨਾ ਸ਼ੁਰੂ ਹੋ ਗਿਆ। ਤਾਂ ਇੱਕ ਵਾਰ ਤੁਹਾਨੂੰ ਫਿਰ ਤੋਂ ਇਹ ਤਸਵੀਰਾਂ ਦਿਖਾ ਰਹੇ ਹਾਂ, ਜਿਸ ਦੇ ਕਾਰਨ ਕਈ ਨਦੀਆਂ ਉਫਾਨ ਦੇ ਉੱਤੇ ਨੇ ਅਤੇ ਹੇਠਲੇ ਇਲਾਕਿਆਂ ਦੇ ਵਿੱਚ ਹੜ੍ਹ ਆ ਚੁੱਕਾ। ਲੋਕਾਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਇਆ ਜਾ ਰਿਹਾ। ਤਾਂ ਇਹ ਤਸਵੀਰਾਂ ਪੂਨੇ ਤੋਂ ਸਾਹਮਣੇ ਆਈਆਂ ਨੇ, ਜਿੱਥੇ ਲਗਾਤਾਰ ਕਈ ਦਿਨਾਂ ਤੋਂ ਭਾਰੀ ਬਰਸਾਤ ਹੋ ਰਹੀ ਹੈ ਅਤੇ ਇਸੇ ਵਿਚਕਾਰ ਇੱਕ ਬੰਨ ਤੋਂ 40,000 ਕਿਊਸਿਕ ਪਾਣੀ ਛੱਡਣ ਦੇ ਨਾਲ ਹੇਠਲੇ ਇਲਾਕਿਆਂ ਦੇ ਵਿੱਚ ਪਾਣੀ ਭਰਿਆ, ਕਈ ਨਦੀਆਂ ਜੋ ਨੇ ਉਹਨਾਂ ਦੇ ਵਿੱਚ ਹੜ੍ਹ ਆ ਗਿਆ। ਤਾਂ ਲੋਕਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਉਹ ਇਹਨਾਂ ਇਲਾਕਿਆਂ ਨੂੰ ਖਾਲੀ ਕਰਕੇ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚ ਜਾਣ, ਕਿਉਂਕਿ ਪਾਣੀ ਜੋ ਹੈ ਉਹ ਲਗਾਤਾਰ ਹੁਣ ਹੋਰ ਛੱਡਿਆ ਜਾਵੇਗਾ, ਜਿਸ ਦੇ ਕਾਰਨ ਕਈ ਇਲਾਕਿਆਂ ਦੇ ਵਿੱਚ ਹੜ੍ਹ ਆ ਸਕਦਾ ਹੈ। ਤਾਂ ਪੂਨੇ ਦੇ ਵਿੱਚ ਇਸ ਸਮੇਂ ਭਾਰੀ ਬਰਸਾਤ ਨੇ ਕਹਿਰ ਮਚਾਇਆ ਹੋਇਆ ਹੈ, ਨਦੀਆਂ ਨਾਲੇ ਉਫਾਨ ਦੇ ਉੱਤੇ ਨੇ, ਉੱਥੇ ਹੀ ਬੰਨਾਂ ਤੋਂ ਵੀ ਹੁਣ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਗਿਆ। ਤਾਂ ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਜੋ ਪਾਣੀ ਹੈ ਉਹ ਹੁਣ ਰਿਹਾਇਸ਼ੀ ਇਲਾਕਿਆਂ ਦੇ ਵੱਲ ਵੱਧਦਾ ਨਜ਼ਰ ਆ ਰਿਹਾ ਹੈ ਅਤੇ ਇਸੇ ਦੇ ਵਿਚਕਾਰ ਪ੍ਰਸ਼ਾਸਨ ਦੇ ਜੋ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਅਲਰਟ ਕੀਤਾ ਜਾ ਰਿਹਾ। ਜੇਕਰ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਦੇ ਵੱਲੋਂ ਵੀ ਔਰੇਂਜ ਅਲਰਟ ਜੋ ਹੈ 2 ਦਿਨਾਂ ਦਾ ਬਾਰਿਸ਼ ਦਾ ਜਾਰੀ ਕਰ ਦਿੱਤਾ ਗਿਆ। ਤਾਂ ਪੂਨੇ ਦੇ ਵਿੱਚ ਇਸ ਸਮੇਂ ਮੀਂਹ ਨੇ ਹਾਹਾਕਾਰ ਮਚਾ ਦਿੱਤੀ ਹੈ, ਲੋਕ ਆਪਣੇ ਕੰਮਾਂ 'ਤੇ ਨਹੀਂ ਜਾ ਪਾ ਰਹੇ, ਸਕੂਲਾਂ ਦੇ ਵਿੱਚ ਛੁੱਟੀਆਂ ਹੋਈਆਂ ਨੇ, ਫਲਾਈਟਾਂ ਜੋ ਨੇ ਉਹ ਦੇਰੀ ਦੇ ਨਾਲ ਉੱਡ ਰਹੀਆਂ ਨੇ ਅਤੇ ਇਸ ਦੇ ਨਾਲ ਹੀ ਕਈ ਟ੍ਰੇਨਾਂ ਨੂੰ ਰੱਦ ਵੀ ਕਰ ਦਿੱਤਾ ਗਿਆ, ਕਈ ਪੁਲ ਜੋ ਨੇ ਉਹ ਢੇਰੀ ਹੋਏ ਨੇ। ਤਾਂ ਪੂਨੇ ਤੋਂ ਇਹ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ, ਜਿੱਥੇ ਕਿ ਇੱਕ ਬੰਨ ਤੋਂ 40,000 ਕਿਊਸਿਕ ਪਾਣੀ ਛੱਡਣ ਦੇ ਨਾਲ ਹੇਠਲੇ ਇਲਾਕਿਆਂ ਦੇ ਵਿੱਚ ਪਾਣੀ ਭਰ ਚੁੱਕਿਆ। ਲਗਾਤਾਰ ਪੈ ਰਹੀ ਭਾਰੀ ਬਰਸਾਤ ਦੇ ਕਾਰਨ ਜਿੱਥੇ ਨਦੀਆਂ ਨਾਲੇ ਉਫਾਨ ਦੇ ਉੱਤੇ ਨੇ ਉੱਥੇ ਹੀ ਹੁਣ ਜੋ ਡੈਮ ਨੇ ਉਹ ਵੀ ਪਾਣੀ ਦੇ ਨਾਲ ਭਰਦੇ ਨਜ਼ਰ ਆ ਰਹੇ ਨੇ, ਜਿਸ ਦੇ ਕਾਰਨ ਹੁਣ ਡੈਮਾਂ ਦੇ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਉੱਪਰ ਹੋ ਚੁੱਕਾ ਹੈ। ਤਾਂ ਦੱਸ ਦਈਏ ਕਿ ਡੈਮ ਤੋਂ ਪਾਣੀ ਛੱਡਣ ਦੇ ਨਾਲ ਨਦੀਆਂ ਦੇ ਵਿੱਚ ਜੋ ਹੈ ਹੜ੍ਹ ਆ ਗਿਆ, ਕਈ ਇਲਾਕੇ ਜੋ ਨੇ ਪਾਣੀ ਦੀ ਮਾਰ ਹੇਠ ਨੇ। ਤਾਂ ਵੱਡੀ ਖਬਰ ਤੁਹਾਨੂੰ ਦੱਸ ਰਿਹਾ, ਲਗਾਤਾਰ ਪਹਾੜਾਂ ਦੇ ਵਿੱਚ ਪੈ ਰਹੀ ਬਰਸਾਤ ਦੇ ਕਾਰਨ ਨਦੀਆਂ ਨਾਲੇ ਜਿੱਥੇ ਉਫਾਨ ਦੇ ਉੱਤੇ ਨੇ ਉੱਥੇ ਹੀ ਹੁਣ ਡੈਮਾਂ ਦਾ ਵੀ ਭਰਨਾ ਸ਼ੁਰੂ ਹੋ ਗਿਆ। ਤਾਂ ਇੱਕ ਵਾਰ ਤੁਹਾਨੂੰ ਫਿਰ ਤੋਂ ਇਹ ਤਸਵੀਰਾਂ ਦਿਖਾ ਰਹੇ ਹਾਂ, ਜਿਸ ਦੇ ਕਾਰਨ ਕਈ ਨਦੀਆਂ ਉਫਾਨ ਦੇ ਉੱਤੇ ਨੇ ਅਤੇ ਹੇਠਲੇ ਇਲਾਕਿਆਂ ਦੇ ਵਿੱਚ ਹੜ੍ਹ ਆ ਚੁੱਕਾ। ਲੋਕਾਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚਾਇਆ ਜਾ ਰਿਹਾ। ਤਾਂ ਇਹ ਤਸਵੀਰਾਂ ਪੂਨੇ ਤੋਂ ਸਾਹਮਣੇ ਆਈਆਂ ਨੇ, ਜਿੱਥੇ ਲਗਾਤਾਰ ਕਈ ਦਿਨਾਂ ਤੋਂ ਭਾਰੀ ਬਰਸਾਤ ਹੋ ਰਹੀ ਹੈ ਅਤੇ ਇਸੇ ਵਿਚਕਾਰ ਇੱਕ ਬੰਨ ਤੋਂ 40,000 ਕਿਊਸਿਕ ਪਾਣੀ ਛੱਡਣ ਦੇ ਨਾਲ ਹੇਠਲੇ ਇਲਾਕਿਆਂ ਦੇ ਵਿੱਚ ਪਾਣੀ ਭਰਿਆ, ਕਈ ਨਦੀਆਂ ਜੋ ਨੇ ਉਹਨਾਂ ਦੇ ਵਿੱਚ ਹੜ੍ਹ ਆ ਗਿਆ। ਤਾਂ ਲੋਕਾਂ ਨੂੰ ਪ੍ਰਸ਼ਾਸਨ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਉਹ ਇਹਨਾਂ ਇਲਾਕਿਆਂ ਨੂੰ ਖਾਲੀ ਕਰਕੇ ਸੁਰੱਖਿਅਤ ਥਾਵਾਂ ਦੇ ਉੱਤੇ ਪਹੁੰਚ ਜਾਣ, ਕਿਉਂਕਿ ਪਾਣੀ ਜੋ ਹੈ ਉਹ ਲਗਾਤਾਰ ਹੁਣ ਹੋਰ ਛੱਡਿਆ ਜਾਵੇਗਾ, ਜਿਸ ਦੇ ਕਾਰਨ ਕਈ ਇਲਾਕਿਆਂ ਦੇ ਵਿੱਚ ਹੜ੍ਹ ਆ ਸਕਦਾ ਹੈ। ਤਾਂ ਪੂਨੇ ਦੇ ਵਿੱਚ ਇਸ ਸਮੇਂ ਭਾਰੀ ਬਰਸਾਤ ਨੇ ਕਹਿਰ ਮਚਾਇਆ ਹੋਇਆ ਹੈ, ਨਦੀਆਂ ਨਾਲੇ ਉਫਾਨ ਦੇ ਉੱਤੇ ਨੇ, ਉੱਥੇ ਹੀ ਬੰਨਾਂ ਤੋਂ ਵੀ ਹੁਣ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਗਿਆ। ਤਾਂ ਤਸਵੀਰਾਂ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਜੋ ਪਾਣੀ ਹੈ ਉਹ ਹੁਣ ਰਿਹਾਇਸ਼ੀ ਇਲਾਕਿਆਂ ਦੇ ਵੱਲ ਵੱਧਦਾ ਨਜ਼ਰ ਆ ਰਿਹਾ ਹੈ ਅਤੇ ਇਸੇ ਦੇ ਵਿਚਕਾਰ ਪ੍ਰਸ਼ਾਸਨ ਦੇ ਜੋ ਅਧਿਕਾਰੀ ਨੇ ਉਹਨਾਂ ਦੇ ਵੱਲੋਂ ਲਗਾਤਾਰ ਲੋਕਾਂ ਨੂੰ ਅਲਰਟ ਕੀਤਾ ਜਾ ਰਿਹਾ। ਜੇਕਰ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਦੇ ਵੱਲੋਂ ਵੀ ਔਰੇਂਜ ਅਲਰਟ ਜੋ ਹੈ 2 ਦਿਨਾਂ ਦਾ ਬਾਰਿਸ਼ ਦਾ ਜਾਰੀ ਕਰ ਦਿੱਤਾ ਗਿਆ। ਤਾਂ ਪੂਨੇ ਦੇ ਵਿੱਚ ਇਸ ਸਮੇਂ
ਮੀਂਹ ਨੇ ਹਾਹਾਕਾਰ ਮਚਾ ਦਿੱਤੀ ਹੈ। ਲੋਕ ਆਪਣੇ ਕੰਮਾਂ 'ਤੇ ਨਹੀਂ ਜਾ ਪਾ ਰਹੇ, ਸਕੂਲਾਂ ਦੇ ਵਿੱਚ ਛੁੱਟੀਆਂ ਹੋਈਆਂ ਨੇ, ਫਲਾਈਟਾਂ ਜੋ ਨੇ ਉਹ ਦੇਰੀ ਦੇ ਨਾਲ ਉੱਡ ਰਹੀਆਂ ਨੇ ਅਤੇ ਇਸ ਦੇ ਨਾਲ ਹੀ ਕਈ ਟ੍ਰੇਨਾਂ ਨੂੰ ਰੱਦ ਵੀ ਕਰ ਦਿੱਤਾ ਗਿਆ। ਕਈ ਪੁਲ ਜੋ ਨੇ ਉਹ ਢੇਰੀ ਹੋਏ ਨੇ ਤਾਂ ਪੂਨੇ ਤੋਂ ਇਹ ਤਾਜ਼ਾ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਇੱਕ ਬੰਨ ਤੋਂ 40,000 ਕਿਊਸਿਕ ਪਾਣੀ ਛੱਡਣ ਦੇ ਨਾਲ ਹੇਠਲੇ ਇਲਾਕਿਆਂ ਦੇ ਵਿੱਚ ਪਾਣੀ ਭਰ ਚੁੱਕਿਆ।